ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਹੁਣ ਅਸੀਂ ਡਿਸਕਸ ਕਰਾਂਗੇ ਮਾਡਲ ਟੈਸਟ ਪੇਪਰ 1 ਬਿਜ਼ਨਸ ਸਟੱਡੀ ਦਾ ਤੇ ਬੇਟਾ ਜੀ ਇਹਦੇ ਸਾਰੇ ਮੈਂ ਜਿਹੜੇ ਚੈਪਟਰ ਹੈ ਸਾਡੇ ਸਿਰਫ ਲਾਸਟ ਵਾਲੇ 2-3 ਰਹਿੰਦੇ ਨੇ ਇਹਦੇ ਸਾਰੇ ਜਿਹੜੇ ਪਿਛਲੇ ਚੈਪਟਰ ਉਹਨੂੰ ਤੁਸੀਂ ਵੇਖ ਸਕਦੇ ਹੋ ਐਕੋ ਰੇਟ ਬਿਜ਼ਨਸ ਟਰਮ 2 ਵਾਲੀ ਪਲੇਲਿਸਟ ਵਿੱਚ ਤੇ ਸਾਰੇ ਜ਼ਰੂਰ ਵੇਖ ਲੈਣਾ ਸਾਡੇ ਸਿਰਫ 2-3 ਲੈਸਨ ਰਹਿੰਦੇ ਨੇ ਜਿੰਨੇ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇ ਮਤਲਬ ਅੱਜ ਕੱਲ ਵਿੱਚ ਹੀ ਕੰਪਲੀਟ ਕਰ ਲਾਂਗੇ ਠੀਕ ਹੈ ਤੇ ਇਹਦੇ ਮੋਡਰ ਟੈਸਟ ਪੇਪਰ ਆ ਜਾਹੀਂ ਡਿਸਕਸ ਕਰਾਂਗੇ ਤੇ ਕੱਲ ਤੋਂ ਜੇ ਨਾ ਹੋ ਸਕਿਆ ਤੇ ਮੈਂ ਤੁਹਾਨੂੰ ਪੀਡੀਐਫ ਸਾਰੇ ਲੈਸਨਾਂ ਦੇ ਭੇਜ ਦਾਂਗੀ ਜਿਹੜੇ ਤੁਹਾਡੇ ਰਹਿੰਦੇ ਨੇ ਠੀਕ ਹੈ ਤੇ ਤੁਸੀਂ ਦੂਜੇ ਲੈਸਨ ਜ਼ਰੂਰ ਦੇਖ ਲੈਣਾ ਤੇ ਬੱਚੇ ਡਿਸਕਸ ਕਰਦੇ ਹਾਂ ਜਿਸਾ ਕਿ ਸਾਡੇ ਕੋਲ ਟਾਈਮ ਹੈਗਾ 2 ਘੰਟੇ ਦਾ ਔਰ ਟੋਟਲ ਅੰਕ ਹੈਗੇ ਸਾਡੇ ਮਾਰਕਸ ਹੈਗੇ ਨੇ 40 ਤੇ ਇਹਦੇ ਵਿੱਚ ਸੈਕਸ਼ਨ A ਵਿੱਚ ਸਾਨੂੰ ਆਏਗਾ ਅਨਸਰ ਦਾ ਫੋਲੋਇੰਗ ਕੁਐਸਚਨ ਈਚ ਕੁਐਸਚਨ ਕੈਰੀ 1 ਮਾਰਕਸ ਠੀਕ ਹੈ ਤੇ ਨੰਬਰ 1 ਤੇ ਆਏਗਾ ਇੰਟਰਨੈਟ ਬੇਸ ਰਿਕੁਆਇਰਮੈਂਟ ਇਜ਼ ਐਨ ਸੋਰਸ ਆਫ ਰਿਕੁਆਇਰਮੈਂਟ ਤੇ ਇਹ ਵੀ ਕਰਾਂਗੇ ਇਹ ਵੀ ਬੇਟਾ ਹੀ ਸ਼ੋਰਟ ਕੁਐਸ਼ਨ ਆਨਸਰ ਜਿਹੜੇਗੇ ਨੇ ਸਭ ਤੋਂ ਪਹਿਲਾਂ ਮੈਂ ਕਰਵਾਇਆ ਤੁਹਾਨੂੰ ਮਤਲਬ ਪਾਰਟ 1 ਹਰ ਇੱਕ ਲੈਸਨ ਦੇ ਪਾਰਟ 1 ਵਿੱਚ ਸ਼ੋਰਟ ਕੁਐਸ਼ਨ ਹੋਣਗੇ ਉਹਦੇ ਵਿੱਚ ਫਿਲ ਅਪ ਵੀ ਹੋਣਗੇ ਐਮਸੀਕਿਊ ਵੀ ਹੋਣਗੇ ਟਰੂ ਐਂਡ ਫਾਲਸ ਉਹ ਵੀ ਹੋਏਗਾ ਠੀਕ ਹੈ ਮਤਲਬ ਚਾਰ ਟਾਈਪ ਦੇ ਕੁਐਸ਼ਨ ਜਿਸਾ ਇਹਦੇ ਵਿੱਚ ਆਏ ਨੇ ਸਾਰੇ ਤੁਹਾਨੂੰ ਕਰਵਾਏ ਹੋਏ ਨੇ ਤੁਸੀਂ ਵੇਖ ਲੈਣਾ ਪਲੇਲਿਸਟ ਪਲੀਜ਼ तो अगर सैकेंड है नेम ने नेम एलिमेंट ऑफ अ डायरेक्टिंग ठीक है इस तू तो बाद कंट्रोलिंग ऑटोमैटिकली करैक्ट डेविएशन इन द वर्किंग ऑफ ऑफ द ऑर्गेनाइजेशन टू एक फॉल्स है नैक्सट है कोऑर्डिनेशन इज नाउन एज ठीक है तो ये दसना कि कही चीज कि कोआर्डिनेशन की चीज़ है ठीक है तो नर्वस सिस्टम ऑफ ऑर्गेनाइजेन है ज सस ऑफ मैनेजमेंट है ठीक है ਐ ਸਾਰੇ ਤੁਹੇ ਦੱਸਣਾ ਵਾ ਅੱਗੇ ਗਿਆ 올 ਕੁਐਸ਼ਨ ਆਰ ਕੰਪਲਸਰੀ ਈਚ ਕੁਐਸ਼ਨ ਕੈਰੀ 2 ਮਾਰਕਸ ਇਹਦੇ ਵਿੱਚ ਤੁਹਾਨੂੰ ਕੋਈ ਆਪਸ਼ਨ ਨਹੀਂ ਮਿਲੇਗੀ ਜਿਹੜੇ 2 ਮਾਰਕਸ ਵਾਲੇ ਕੁਐਸ਼ਨ ਆ ਉਹਨਾਂ ਵਿੱਚ ਕੋਈ ਆਪਸ਼ਨ ਨਹੀਂ ਹੈਗੀ ਜਿਸਾ ਕਿ ਵਾਟ ਇਜ਼ ਓਨ ਦਾ ਜੋਬ ਟ੍ਰੇਨਿੰਗ ਕੀ ਹੈ ਔਰ ਵਾਟ ਇਜ਼ ਪੋਜ਼ਿਟਿਵ ਮੋਟੀਵੇਸ਼ਨ ਔਰ ਕੰਟਰੋਲਿੰਗ ਇੰਪਲਾਈ ਟੇਕਿੰਗ ਐਕਸ਼ਨ ਤੇ ਐਮ ਨੂੰ ਐਕਸਪਲੇਨ ਕਰਨਾ ਹੈ ਡਿਫਾਈਨ ਕੋਆਰਡੀਨੇਸ਼ਨ ਠੀਕ ਹੈ ਇਹਦੇ ਵਿੱਚ ਕੋਈ অপਸ਼ਨ ਨਹੀਂ ਆ ਸਾਰੇ ਜਿਹੜੇ ਤੁਹਾਡੇ 2 2 ਮਾਰਕਸ ਦੇ ਨੇ ਤੇ ਕਿੰਨੇ ਨੇ 4 ਰਹਿ ਗਿਆ ਅੱਗੇ ਗਾਡਾ డు ਐਨੀ 2 ਕੁਐਸ਼ਨ ਈਚ ਕੁਐਸ਼ਨ ਕੈਰੀ 4 ਮਾਰਕਸ ਹੁਣ ਇਹਦੇ ਵਿੱਚ ਦੋ ਕੁਐਸ਼ਨ ਕਰਨੇ ਨੇ ਤੇ ਹਰ ਇੱਕ ਜਿਹੜੇ ਤੁਸੀਂ ਦੋ ਕੁਐਸ਼ਨ ਕਰੋਗੇ ਤੇ ਤੁਹਾਨੂੰ ਮਤਲਬ ਹਰ ਇੱਕ ਦਾ ਕਿੰਨੇ ਹੋਣਗੇ 4 ਨੰਬਰ ਤੇ ਇਹਦਾ ਮਤਲਬ 8 ਨੰਬਰ ਇਹਦੇ ਵਿੱਚ ਆ ਗਿਆ ਤੁਹਾਡੇ ਠੀਕ ਹੈ ਡਿਸਕਸ ਇਨ ਬਰੀਫ ਐਨੀ 4 ਐਕਸਟਰਨਲ ਸੋਰਸ ਆਫ ਰਿਕੁਆਇਰਮੈਂਟ ਨੈਸ ਐਕਸਪਲੇਨ ਦਾ ਕਮਿਊਨੀਕੇਸ਼ਨ ਪ੍ਰੋਸੈਸ ਨੈਸਟ ਹੈਜ਼ ਸੇਜ਼ ਇਨ ਬਰੀਫ ਦਾ ਇੰਪੋਰਟੈਂਸ ਆਫ ਕੰਟਰੋਲਿੰਗ ਔਰ ਸੈਕਸ਼ਨ ਸੀ ਬੀ ਦੇ ਵਿੱਚ ਆਏਗਾ ਸਾਡਾ ਥੋੜਾ ਘਟ ਕਰ ਲੈਨੇ ਆ ਤਾਂ ਕਿ ਅਨੁਪਾਤਾ ਲੱਗ ਸਕੇ ਠੀਕ ਹੈ ਸੈਕਸ਼ਨ ਬੀ ਦੇ ਵਿੱਚ ਅਨਸਰ ਦਾ ਫੋਲੋਇੰਗ ਕੁਐਸਚਨ ਈਚ ਕੁਐਸਚਨ ਕੈਰੀ 1 ਮਾਰਕਸ ਇਹਦੇ ਵਿੱਚ ਜਿ ਸਾਡੇ ਆਗੇ ਟਰੂ ਐਂਡ ਫਾਲਸ ਵੀ ਆ ਸਕਦਾ ਤੇ ਇਹਦੇ ਵਿੱਚ ਤੁਹਾਨੂੰ ਆ ਸਕਦਾ ਐਮਸੀਕਿਊ ਵੀ ਆ ਸਕਦੇ ਨੇ ਠੀਕ ਹੈ ਤੇ ਇਹ 1 ਨੰਬਰ ਦਾ ਕੈਪੀਟਲ ਮਾਰਕੀਟ ਮਾਰਕੀਟ ਕੰਸਿਸਟ ਆਫ ਡੈਸ਼ ਠੀਕ ਹੈ ਅਗੇ ਨੇਮ ਦਾ 3 ਟਾਈਪ ਆਫ ਕੰਜ਼ਿਊਮਰ ਕੋਰਟ ਇਨ ਇੰਡੀਆ आगे गया ऑल क्वेश्चन आर कम्पल्सरी ईच कैरी ईच क्वेश्चन कैरी टू मार्क्स होना यह कंपल्सरी ने कोई ऑप्शन नहीं है नेक्स्ट जैसा कि व्हाट इज बिजनेस फाइनेंस व्हाट इज फिक्स कैपिटल गिव एनी टू पॉइंट ऑफ डिफरेंस बिटवीन प्राइमरी मार्केट एंड सेकेंडरी मार्केट ठीक है राइट डोंट एनी टू इम्पॉर्टेंट फीचर ऑफ स्टॉक एक्सचेंज और हु कैन फाइन ਇਹ ਕੰਪਲੇਨ ਇਨ ਦਾ ਕੰਜ਼ੂਮਰ ਕੋਰਟ ਠੀਕ ਹੈ ਇਹ ਸਾਰੇ ਦੋ ਦੋ ਨੰਬਰਾਂ ਦੇ ਹੈਗੇ ਆ ਤੇ ਟੂ ਮਾਰਕਸ ਹੈਗੇ ਸਾਰਿਆਂ ਦੇ ਕੋਈ ਆਪਸ਼ਨ ਨਹੀਂ ਹੈਗਾ ਨੈਕਸਟ ਆ ਜਾਏਗਾ ਡੂ ਐਨੀ ਟੂ ਕੁਐਸਚਨ ਈਚ ਕੁਐਸਚਨ ਕੈਰੀ ਫੋਰ ਮਾਰਕਸ ਹੁਣ ਇਹਦੇ ਵਿੱਚ ਦੋ ਕਰਨੇ ਨੇ ਤੇ ਈਚ ਜਿਹੜੇ ਕਿੰਨੇ ਹੋਏਗੇ ਈਚ ਕੁਐਸਚਨ ਕੈਰੀ ਫੋਰ ਮਾਰਕਸ ਮਤਲਬ 8 ਨੰਬਰ ਇਹਦੇ ਵਿੱਚ ਆ ਜਾਣਗੇ ਤੁਹਾਡੇ ਡਿਸਕਸ ਇਨ ਬਰੀਫ ਐਨੀ ਫੋਰ ਮੇਨ ਆਬਜੈਕਟਿਵ ਆਫ ਫਾਈਨੈਂਸ਼ੀਅਲ मैनेजमेंट ठीक है और विच आर वेरियस इंस्ट्रूमेंट ऑफ मनी मार्केट और व्हाट इज द इम्पार्टेंट ऑफ कंज्यूमर प्रोटेक्शन फॉर कंज्यूमर ठीक है यह ਇਹ ਹੋਣਗੇ ਤੁਹਾਡੇ 2 ਕੁਐਸਚਨ ਤੇ 8 ਨੰਬਰ ਦੇ ਹੋ ਜਾਣਗੇ ਠੀਕ ਹੈ ਬੇਟਾ ਅੱਗੇ ਵੀ ਮੈਂ ਜਲਦੀ ਜਲਦੀ ਜਿਹੜੇ ਦੋ ਸਾਡੇ ਲੈਸਰ ਰਹਿੰਦੇ ਨੇ ਉਹਨਾਂ ਦਾ ਜੋ ਲੌਂਗ ਕੁਐਸਚਨ ਹੈ ਡਿਸਕਸ ਕਰ ਲਾਂਗੇ ਤੇ ਜਿਹੜੇ ਸ਼ਾਰਟ ਕੁਐਸਚਨ ਆ ਉਹਨਾਂ ਦਾ ਮੈਂ ਪੀਡੀਐਫ ਭੇਜ ਦਾਂਗੀ ਤੇ ਤੁਹਾਡੇ ਜਲਦੀ ਜਲਦੀ ਹੀ ਜਿਹੜਾ ਕਵਰ ਕਰਵਾ ਦਾਂਗੇ ਠੀਕ ਹੈ ਬੇਟਾ ਇਹਨਾਂ ਨੂੰ ਅੱਛੇ ਤਰ੍ਹਾਂ ਵੇਖੋ ਅੱਛੇ ਤਰ੍ਹਾਂ ਰੀਡ ਕਰੋ ਵੀਡੀਓਜ਼ ਵੇਖੋ ਜਿਹੜੀਆਂ ਪਿਛਲੇ ਨੇ ਬਣੀਆਂ ਹੋਈਆਂ ਨੇ ਤੇ ਇਹਦੇ ਨਾਲ ਨਾਲ ਸਾਡਾ ਕੰਮ ਚੱਲ ਜਾਏਗਾ ਤੇ ਨੈਕਸਟ ਵੀਡੀਓ ਚ ਇਹ ਗੱਲਾ ਪੇਪਰ ਡਿਸਕਸ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜੋ ਟੇ